जोगिया तो झूठ बोले ओ मैं थी बालकन शर्मे राल के एक प्लान किया भी मैं फोन करा ते मैं भले फोन किया कुड़ी की आवाज कर दिता अच्छा ये मैं फोन चुक जो अभी पहला प्लान किया फोन चुक लिया बाद मेरी बालकन शर्मा करो तो मैं देख लैला तेरे मजनू का कलेजा क्या है तेरे नाल प्यार कादा पा लिया झूठे टच नाल हीरे नूं बटा लिया नी मित्रां नूं दगा देनी मित्रां नूं दगा देनी अठासी जसवाल साहब ने जो जसवाल के घर ची चार पांच साल लगातार पुत्र बन के रहा गाँव ਪਹਿਲੀ ਹੈ ਹੀ ਨਹੀਂ ਸੀ ਨਾ ਪਰਿਵਾਰ ਸੀ ਅਤੇ ਮੈਂ ਡੀਨ ਕਾਲਜ ਪੜ੍ਹਦਾ ਜਲੰਧਰ ਉੱਥੇ ਸਾਇੰਸ ਦੇ ਸਟੂਡੈਂਟ ਨਾ ਕੋਈ ਨੇੜੇ ਆਉਂਦੇ ਨਾ ਕਿਸੇ ਨੇ ਸੰਗੀਤਕ ਭੂਮੀ ਤਾਂ ਹੈ ਇਹਦੇ ਮਿੱਤਰ ਦਾਰੇ ਜੀ ਜਸਵਿੰਦਰ ਭੱਲਾ ਬਾਲਕਾਂ ਸ਼ਰਮਾ ਇਹ ਤਿੰਨੇ ਤਿੱਕੜੀ ਹੁੰਦੀ ਸੀ ਇਹਨਾਂ ਦੀ ਤੇ ਇਹਨਾਂ ਰਲ ਕੇ ਬੜੇ ਵੱਡੇ ਕਾਰਜ ਕੀਤੇ ਉਹਨਾਂ ਨੇ ਗੱਲ ਸੁਣਾ ਦੇ चाहे कोई चैनल का बड़ा मालिक आ जाए जराबा ला के आना पी अद्धी राती उठ के तारिया नु हाल सुना बाबूशाही.com ਦੇ ਚੀਫ ਐਡੀਟਰ ਔਰ ਮੇਰੇ ਪਿਆਰੇ ਵੀਰ ਦੁਜੀਤ ਬੱਲੀ ਤੇ ਇੱਕਾ ਭਰਾ ਕਹਾਂ ਪੁੱਤਰ ਕਹਾਂ ਸਮਝ ਨਹੀਂ ਆਉਂਦੀ ਕੀ ਕਹਾਂ ਮੇਰੀ ਜ਼ਿੰਦਗੀ 'ਚ ਬਹੁਤ ਉੱਚਾ ਥਾਂ ਰੱਖਣ ਵਾਲਾ ਨੌਜਵਾਨ ਸਾਡਾ ਡਾਕਟਰ ਸੁਪਨੈਲ ਗਾਇਕ ਵੀ ਬਹੁਤ ਪਿਆਰਾ ਹੈ ਇਨਸਾਨ ਉਦੋਂ ਵਧੀਆ ਅਤੇ ਅੱਜ ਦੋਵਾਂ ਦਾ ਇਕੱਠੇ ਆ ਮੇਰੇ ਘਰ ਆਉਣਾ ਮੈਨੂੰ ਲੱਗਦਾ ਕਿ ਸੁਭਾਗ ਹੈ ਮੇਰਾ ਔਰ ਬਾਬੂਸ਼ਾਹੀ.com ਵਾਸਤੇ ਮੈਂ ਚਾਹੁੰਦਾ ਕੁਝ ਗੱਲਾਂ ਅਸੀਂ ਐਸੀ ਕਰੀਏ ਜਿਹੜੀਆਂ ਹੁਣ ਤੱਕ ਨਾ ਕੀਤੀਆਂ ਹੋਣ ਸੋ ਸਭ ਤੋਂ ਪਹਿਲਾਂ ਤਾਂ ਮੈਂ ਦੁਜੀਤ ਭਾਅ ਜੀ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਸੁਪਨੈਨ ਜਲੰਧਰ ਰਹਿੰਦਾ ਪਰ ਵਿੱਚੋਂ ਕਈ ਮਹੀਨੇ ਜਾ ਕੇ ਫਿਰ ਟਰੰਟੋ ਵੀ ਰਹਿੰਦਾ ਕਿ ਕੋਚਿੰਗ ਦਾ ਵੀ ਜਲੰਧਰ ਅਤੇ ਸਾਰੀ ਜ਼ਿੰਦਗੀ ਇਹਨੇ ਵੈਟਨਰੀ ਮਹਿਕਮੇ 'ਚ ਰੁਜ਼ਗਾਰ ਕੀਤਾ ਜ਼ਹੂਰਾ ਇਹਦਾ ਪਿੰਡ ਹੈ ਟਾਂਡੇ ਦੇ ਇਲਾਕੇ ਅਤੇ ਇਸ ਨੇ ਜਿਹੜੀ ਸਭ ਤੋਂ ਵੱਡੀ ਹਾਸਲ ਕੀਤੀ ਜ਼ਿੰਦਗੀ 'ਚ ਪਹਿਲਕਦਮੀ ਕੀਤੀ ਪਹਿਲ ਹੋਇਆ ਕਿ ਸੰਗੀਤ ਨੂੰ ਇਸ ਨੇ ਮੁਹੱਬਤ ਬਹੁਤ ਕੀਤੀ ਸਾਧਨਾ ਬਹੁਤ ਕੀਤੀ ਵੱਡੇ ਵੱਡੇ ਉਸਤਾਦ ਜਿਹੜੇ ਜੇ ਪ੍ਰੋਫੈਸਰ ਰਾਣਾ ਤੁਸੀਂ ਲੁਧਿਆਣਾ 'ਚ ਉਹਨਾਂ ਕੋਲੋਂ ਸਿੱਖਿਆ ਫਿਰ ਸੀ ਐਸ ਭੱਲਾ ਸਾਹਿਬ ਤੋਂ ਵੀ ਡਾਕਟਰ ਤੋਂ ਸਿੱਖਿਆ ਉਸ ਤੋਂ ਬਿਨਾਂ ਜਸਵੰਤ ਭੌਰਾ ਜੀ ਜਿਹੜੇ ਉਸਤਾਦ ਸਾਧਨ ਦੇ ਉਸਤਾਦ ਸੀ ਉਹਨਾਂ ਤੋਂ ਵੀ ਸਿੱਖਿਆ ਤੋਂ ਬਾਅਦ ਵਿੱਚ ਜਲੰਧਰ ਜਾ ਕੇ ਇਹਨਾਂ ਨੇ ਗਾਣਾ ਸਿੱਖਿਆ ਇਹਨਾਂ ਤੋਂ ਓਮ ਪ੍ਰਕਾਸ਼ ਜੀ ਤੋਂ ਬੜੇ ਵੱਡੇ ਉਸਤਾਦ ਸੁਰੇਸ਼ ਕੁਮਾਰ ਜੀ ਦੇ ਔਰ ਇਹਨਾਂ ਦੀ ਜਿਹੜੀ ਪਹਿਲੀ ਆਡੀਓ ਕੈਸੇਟ ਰਿਕਾਰਡ ਕੀਤੀ
1985 ਜੇ ਸੀ ਕੀਤੀ ਸੀ ਅੱਛਾ ਪਰ ਮੈਨੂੰ ਯਾਦ ਹੈ ਕਿ ਯੂਨੀਵਰਸਿਟੀ ਵਾਸਤੇ ਇਹਦੇ ਕੁਝ ਕੀ ਤੁਸੀਂ ਰਿਕਾਰਡ ਕਰਦੇ ਸੀ ਉਦੋਂ ਪੜ੍ਹਦਾ ਸੀ ਜੀ ਕਿਹੜੇ ਸਾਲ ਦੀ ਗੱਲ ਹੈ 85 'ਚ ਉਹ ਗੀਤ ਇੱਕ ਤਾਂ ਉਹ ਗੀਤ ਸੀ ਬਲੀਏ ਕਣਕ ਦੀ ਇਹ ਖਾਣ ਕੇ ਤੁਸੀਂ ਪਾਵਾਲੇ ਇਹ ਫਸਲਾਂ ਬਾਰੇ ਕੈਸੇ ਸੁਣ ਆ ਗਿਆ ਸੀ ਤੇ ਉਹ ਮੇਰਾ ਲਿਖਿਆ ਗੀਤ ਸੀ ਤੇ ਮੈਂ ਤਾਂ ਬੜਾ ਚਰਚਿਤ ਬਹੁਤ ਚਰਚਿਤ ਪਿਆ ਫਿਰ ਉਸ ਤੋਂ ਬਾਅਦ ਵਿੱਚ ਅਸੀਂ ਕੁਝ ਹੋਰ ਕੈਸੇਟਸ ਕੀਤੇ ਜਿਹਦੇ 'ਚ ਨਿਰਦੇਸ਼ ਭਾਈ ਦੇ ਨਾਲ ਬੋਲੀਆਂ ਰਿਕਾਰਡ ਕੀਤੀਆਂ ਬੇਲੀ ਰਾਮ ਦਿਲਗੋਜ਼ ਹੈ ਅਤੇ ਉਹ ਆਪਣੇ ਆਪ ਇਤਿਹਾਸ ਹੈ 88 ਦੇ ਵਿੱਚ ਫਿਰ ਜਸਵਾਲ ਸਾਹਿਬ ਨੇ ਜੇ ਕਿਉਂਕਿ ਸਾਡੀ ਦੇਵ ਜਸਵਾਲ ਦੇ ਘਰ 'ਚ ਹੀ 4-5 ਸਾਲ ਲਗਾਤਾਰ ਸਾਡਾ ਪੁੱਤਰ ਬਣ ਕੇ ਰਿਹਾ ਅਤੇ ਉਦੋਂ ਫਿਰ ਪ੍ਰੋਫੈਸਰ ਮੋਹਨ ਸਿੰਘ ਹੋਰਾਂ ਦੀਆਂ ਗਜ਼ਲਾਂ ਦਾ ਕੈਸੇਟ ਅਸੀਂ ਰਿਕਾਰਡ ਕੀਤਾ ਉਹਦਾ ਨਾਮ ਸੀ ਪਿਆਦਾ ਇਸ਼ਕ ਦਾ ਉਹ ਵੀ ਸੁਖਨੈਣ ਦੀ ਆਵਾਜ਼ 'ਚ ਕੀਤਾ ਅਤੇ ਉਸ ਤੋਂ ਬਾਅਦ ਇਹਦੇ ਆਡੀਓ ਕੈਸੇਟ ਕੁਝ ਹੋਰ ਵੀ ਮੇਰੇ ਵੱਖ ਵੱਖ ਕਮਰਸ਼ੀਅਲ ਕੰਪਨੀ ਇਸ ਮਾਸਟਰਸ ਵਾਇਸ ਨੇ ਰਿਕਾਰਡ ਕੀਤਾ ਉਹ ਬੜੇ ਅੱਛੇ ਸ਼ਾਇਰਾਂ ਨੂੰ ਗਾਇਆ ਇਸਨੇ ਅਤੇ ਉਹਦੇ 'ਚ ਗਾਣਾ ਸੀ ਭਾਜੀ ਨੇ ਜ਼ਿਕਰ ਕੀਤਾ ਅੱਧੇ ਅੱਧੇ ਰਾਤੀ ਉੱਠ ਕੇ ਅਸੀਂ ਤਾਰਿਆਂ ਨੂੰ ਹਾਲ ਸੁਣਾਏ ਸੁਖਿੰਦਰ ਅਹਿਮਦ ਦਾ ਹਾਂਜੀ ਅਤੇ ਉਹ ਵੀ ਉਹ ਗਾਣਾ ਉਹਨਾਂ ਦੀ ਸ਼ਾਇਰੀ ਕੋਈ ਹੋਰ ਤਰ੍ਹਾਂ ਦੀ ਅਤੇ ਮੈਂ ਉਹਨਾਂ ਨੂੰ ਕਹਿੰਦੀ ਵੀ ਮੈਨੂੰ ਗਾਉਣ ਵਾਸਤੇ ਕੋਈ ਗਾਣਾ ਦਿਓ ਜਿਹੜਾ ਮੈਂ ਆਮ ਤਮਾਮ ਆਵਾਮ ਵਾਸਤੇ ਬੜਾ ਅੱਛਾ ਲੱਗੇ ਫਿਰ ਉਹਨਾਂ ਨੇ ਗਾਣਾ ਮੇਰੇ ਵਾਸਤੇ ਲਿਖਿਆ ਅਤੇ ਬੜਾ ਅੱਛਾ ਹੈ ਬੋਲ ਉਹਨਾਂ ਨੇ ਮੈਂ 2 ਲਾਈਨਾਂ ਇਹਦੀਆਂ ਤੁਹਾਨੂੰ ਕਰਦਾ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਨੇ ਵੀ ਦਰਦ ਵੰਡਾਇਆ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ ਇੱਕ ਤਾਂ ਬਹੁਤ ਹੀ ਪਿਆਰਾ ਮਿਸਿਜ਼ ਹੈ ਸਾਰੇ ਬਹੁਤ ਵਧੀਆ ਸੀ ਬੜਾ ਪਿਆਰਾ ਅਸੀਂ ਤੇਰੇ ਨਾਲ ਪਿਆਰ ਕਾਦਾ ਪਾ ਲਿਆ ਝੂਠੇ ਕੱਚ ਨਾਲ ਹੀਰੇ ਨੂੰ ਵਟਾ ਲਿਆ ਹਾਏ ਅਸੀਂ ਤੇਰੇ ਨਾਲ ਪਿਆਰ ਕਾਦਾ ਪਾ ਲਿਆ ਝੂਠੇ ਕੱਚ ਨਾਲ ਹੀਰੇ ਨੂੰ ਵਟਾ ਲਿਆ ਨੀ ਮਿੱਤਰਾਂ ਨੂੰ ਦਗਾ ਦੇਣੀ ਮਿੱਤਰਾਂ ਨੂੰ ਦਗਾ ਦੇਣੀ ਸਤੂ ਜਦ ਨਹੀਂ ਉਹ ਦਿਲ ਸਮਝਾ ਤਾਰਿਆਂ ਨੇ ਅੱਖਾਂ ਭਰੀਆਂ ਸਾਡਾ ਚੰਨ ਨੇ ਵੀ ਦਰਦ ਵਡਾਇਆ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਢਾਡੀ ਪ੍ਰਸੰਗ ਵੀ ਰਿਕਾਰਡ ਹੋਇਆ ਜਿਹੜਾ ਚਰਨ ਸਿੰਘ ਆਲਮਗੀਰ ਨੇ ਗਾਇਆ ਥੋੜੇ ਲੋਕ ਜਾਣਦੇ ਆ ਔਰ ਮੇਰੇ ਲਈ ਵਾਕਫੀਤ ਜਿਹੜੀ ਸੁਖਿੰਦਰ ਅਹਿਮਦ ਨਾਲ ਮੇਰੀ ਜਿਹੜੀ ਇੰਟਰੋਡਕਸ਼ਨ ਹੋਈ ਉਹ ਜਸਵੰਤ ਭਵਰਾ ਸਾਹਿਬ ਉਹਦੀਆਂ ਕਾਪੀਜ਼ ਲੈ ਕੇ ਮੇਰੇ ਕੋਲ ਆਏ ਦੋਲਕੀ ਦੀਆਂ ਕਾਪੀਆਂ ਨਹੀਂ ਹੁੰਦੀਆਂ ਉਹਨਾਂ ਨੇ ਗੀਤ ਲਿਖੇ ਹੋਏ ਸੀ ਬਹੁਤ ਸਾਰੇ ਤੇ ਭਵਰਾ ਸਾਹਿਬ ਕਹਿਣ ਲੱਗੇ ਕਿ ਕਹਿੰਦਾ ਇੱਕ ਨਵੀਂ ਕੁੜੀ ਪ੍ਰਗਟ ਹੋਈ ਹੈ ਤੇ ਉਹਦਾ ਨਾਂ ਤੇ ਨਹੀਂ ਬਹੁਤਾ ਕਿਸੇ ਨੂੰ ਪਤਾ ਇਹ ਗੱਲ ਮੇਰੇ ਖਿਆਲ 88 ਜਾਂ 99 ਦੀ ਗੱਲ ਹੈ ਫਿਰ 90 ਦੀ ਹੋ ਗਈ ਤੇ ਉਹਦੇ ਗੀਤ ਦਾ ਮਾਵਰਾਜ ਵੀ ਬਹੁਤ ਵਧੀਆ ਬੜੇ ਵੱਡੇ ਕਾਰਜ ਕੀਤੇ ਅਸੀਂ ਹੋਸਟਲ ਨੰਬਰ 3 ਚ ਰਹਿੰਦੇ ਸੀ ਉਦੋਂ ਮੋਬਾਈਲ ਤੇ ਹੁੰਦਾ ਤੇ
ਦੂਜਾ ਉਹਦੇ ਉਸ ਪੋਸਟਰ ਦੂਜੇ ਲੈਂਡ ਨਹੀਂ ਲੈ ਲੈ ਹੁੰਦੇ ਤੇ ਅਸੀਂ ਕੀ ਕੀਤਾ ਵੀ ਜਸਵਿੰਦਰ ਭੱਲੇ ਵੀ ਡਾਇਲ ਵਾਲੇ ਦੀ ਹਾਂ ਡਾਇਲ ਵਾਲੇ ਤੇ ਉਹ ਜਸਵਿੰਦਰ ਭੱਲੇ ਦੀ ਅਸੀਂ ਨਾ ਇਹ ਇਹ ਦੋ ਨੰਬਰ ਦੇ ਵਿੱਚ ਬਾਲਮਤਨ ਸ਼ਰਮਾ ਦੋ ਨੰਬਰ ਤੇ ਸੀ ਅਸੀਂ ਤਿੰਨ ਨੰਬਰ ਤੇ ਸੀ ਤੇ ਜਸਵਿੰਦਰ ਦਰਾਹੇ ਰਹਿੰਦਾ ਸੀ ਉੱਥੋਂ ਰੋ ਜਾਂਦਾ ਸੀ ਤੇ ਉੱਥੋਂ ਆਉਂਦਾ ਸੀ ਤੇ ਕਦੀ ਕਦੀ ਰਾਤ ਇਹਦੇ ਕੋਲ ਰਹਿੰਦਾ ਸੀ ਤੇ ਮੈਂ ਨਾ ਅਸੀਂ ਮੈਂ ਤੇ ਬਾਲਮਤਨ ਸ਼ਰਮੇ ਰਲ ਕੇ ਇੱਕ ਪਲੈਨ ਕੀਤਾ ਵੀ ਮੈਂ ਫੋਨ ਕਰਾਂਗਾ ਤੇ ਮੈਂ ਭੱਲੇ ਨੂੰ ਫੋਨ ਕੀਤਾ ਕੁੜੀ ਦੀ ਆਵਾਜ਼ ਕੱਢ ਦਿੱਤਾ ਅੱਛਾ ਇਹਨੇ ਫੋਨ ਚੁੱਕ ਜਦੋਂ ਅਸੀਂ ਪਹਿਲਾਂ ਪਲੈਨ ਕੀਤਾ ਸੀ ਫੋਨ ਚੁੱਕ ਲਿਆ ਤੇ ਉਹ ਬਾਅਦ 'ਚ ਮੈਨੂੰ ਬਾਲਮਤਨ ਸ਼ਰਮਾ ਕਰੇ ਤੇ ਮੈਂ ਉਹਨੂੰ ਕਹੋ ਵੀ ਕੱਢੀ ਕੁੜੀ ਰਾਜ ਉਹ ਉਦੋਂ ਨਿਕਲ ਗਈ ਉਹ ਨਿਕਲ ਗਈ ਹੁਣ ਤੋਂ ਆਪ ਕੱਢ ਦੇਣ ਲੱਗੇ ਉਹ ਕੀ ਹੋਇਆ ਵੀ ਜਸਵਿੰਦਰ ਪੰਨਾ ਏਦਾਂ ਉੱਪਰ ਖੁਸ਼ ਹੋ ਗਿਆ ਚਾ ਕਿ ਮੇਰੇ ਨਾਲ ਇੱਕ ਕੁੜੀ ਗੱਲ ਕਰ ਲਈ ਸਾਡੇ ਇੱਥੇ ਯੂਨੀਵਰਸਿਟੀ ਡਾਂਸ ਮੈਮੋਰੀਅਲ ਇਹ ਫੈਸਟੀਵਲ ਹੁੰਦਾ ਸਾਡੇ ਯੂਥ ਫੈਸਟੀਵਲ ਸਾਡੇ ਯੂਥ ਅਸੀਂ ਪ੍ਰੋਫੈਸਰ ਦੇ ਅੰਗਰੇਜ਼ੀ ਦੇ ਅਸਰ ਕੱਕੜ ਮੈਨੂੰ ਪਤਾ ਗੁਰਦਾਸ ਸਾਹਿਬ ਦੀ ਮੌਤ ਤੋਂ ਬਾਅਦ ਪਹਿਲਾਂ ਮੌਤ ਸੀ ਕਿਉਂਕਿ ਪਹਿਲਾਂ ਐਕਟੀਵਿਟੀ ਦੇ ਇੰਚਾਰਜ ਹੁੰਦੇ ਸੀ ਉਹ ਉਹਨਾਂ ਦੀ ਯਾਦ ਵਿੱਚ ਉੱਥੇ ਸੀ ਬੜਾ ਰਿਸਪੈਕਟਡ ਬਹੁਤ ਵਧੀਆ ਉਹਨਾਂ ਦੇ ਇਕੱਠਿਆ ਸੀ ਕਿ ਉਹਦੇ ਵਿੱਚ ਕੀ ਹੁੰਦਾ ਸੀ ਯੂਨੀਵਰਸਿਟੀ ਜਿਹੜੀ ਖਾਸ ਕਰਕੇ ਪੀਏਯੂ ਦੀ ਯੂਨੀਵਰਸਿਟੀ ਨਾ ਕਿਉਂਕਿ ਇੱਥੇ ਸਾਰੇ ਕਾਲਜ ਬਹੁਤ ਸਾਰੇ ਕਾਲਜ ਦਾ ਸੁਮੇਲ ਉਹ ਸਾਰੇ ਕਾਲਜ ਇੱਕੋ ਕੈਂਪਸ ਨੇ ਸਟੂਡੈਂਟ ਉੱਥੇ ਸਾਰੇ ਇਕੱਠੇ ਰਹਿੰਦੇ ਆਪਾਂ ਉਹ ਐਗਰੀਕਲਚਰ ਸੀ ਮੈਟਰਿਕ ਦੇ ਪੀਏਯੂ ਦਾ ਚੱਪਾ ਚੱਪਾ ਗਾਇਆ ਹੋਇਆ ਮੈਨੂੰ ਨਹੀਂ ਦੱਸਦੇ ਪੰਜਾਬ ਪੰਜਾਬ ਸਟੂਡੈਂਟ ਇਹਨਾਂ ਦਾ ਜਲ ਸਕਦੀ ਨਹੀਂ ਜਿਹੜਾ ਇੱਕ ਤੇ ਦੋ ਨੰਬਰ ਹੋਸਟਲ ਦੀਆਂ ਇੰਨੀਆਂ ਰੋਟੀਆਂ ਖਾਧੀਆਂ ਇੰਨੇ ਉਹਨਾਂ ਦੇ ਮੁਰਗੇ ਖਾਧੇ ਇਹ ਪ੍ਰਿੰਸੀਪਲ ਸਿੰਘ ਦਾ ਕੋਲ ਬਹੁਤ ਹੁੰਦੇ ਸੀ ਓਕੇ ਓਕੇ ਤੇ ਮੈਂ ਵੀ ਪੀਐਸਯੂ ਦਾ ਸਟੂਡੈਂਟ ਕੀਤੀ ਅਸੀਂ ਇਕੱਠੇ ਸੀ ਰਧਾਵੇ ਦਾ ਦੋ ਨੰਬਰ 'ਚ ਹੁੰਦਾ ਸੀ ਉਹਦਾ ਕਮਰਾ ਤੇ ਬੈਟਰਨੀ 'ਚ ਇਹ ਹੁੰਦੇ ਸੀਗੇ ਕਈ ਹੁੰਦੇ ਸੀ ਨਾ ਇੰਜੀਨੀਅਰਿੰਗ ਵੀ ਹੁੰਦੇ ਸੀਗੇ ਪੀਏਯੂ ਤਾਂ ਸਾਡਾ ਇੰਨਾ ਵੱਡਾ ਅੱਡਾ ਸੀਗਾ ਪੁੱਛੋ ਹੀ ਨਾ ਵੀ ਪੀਏਯੂ 'ਚ ਕਿੰਨਾ ਟਾਈਮ ਗੁਜ਼ਾਰਿਆ ਤੇ ਸਾਈਕਲ ਹੁੰਦੇ ਸੀ ਉਦੋਂ ਸਾਈਕਲਾਂ ਤੇ ਸਾਰੇ ਗਾਹੇ ਸਾਰੇ ਹੋਸਟਲ ਇੱਕ ਤੇ ਦੋ ਨੰਬਰ ਹੋਸਟਲ ਦੇ ਵਿੱਚ ਨਾ ਐਂ ਹੁੰਦਾ ਸੀ ਵੀ ਸਰਦੀ ਗੱਲ ਕਰੇ ਲੌਂਜ ਜਿਹੜਾ ਸਾਂਝਾ ਸੀ ਵਿੱਚ ਬੈਠ ਜਾਣੇ 15-20 ਜਾਣੇ ਉੱਥੇ ਮੰਗਾ ਲੈਣੀਆਂ ਮਤਲਬ ਰਾਜਮਾ ਚਾਵਲ ਇੱਕਦਮ ਮਸ਼ਹੂਰ ਹੁੰਦੇ ਸੀ ਸਾਡੀ ਕਾਫੀ ਨੇੜ ਹੁੰਦਾ ਫਿਰ ਇਹਨਾਂ ਨੂੰ ਪਤਾ ਜਿਸ ਤਰ੍ਹਾਂ ਹੁੰਦਾ ਕਿ ਜਿੱਦਾਂ ਸੁਮੇਲ ਹੋਣਾ ਸਾਰਿਆਂ ਦਾ ਇਕੱਠ ਹੋਣਾ ਹੁੰਦਾ ਸੀ ਤੇ ਭਾਜੀ ਨਾਲ ਵੀ ਭਾਜੀ ਮੈਂ ਤਾਂ ਇਹ ਜਿਹੜਾ ਸ਼ੁਰੂ ਹੋ ਗਿਆ ਸੀ ਪ੍ਰੋਫੈਸਰ ਕੇਸ਼ਵਰਮ ਸ਼ਰਮਾ ਜੀ ਨੇ ਜਿੱਦਾਂ ਇਹਨਾਂ ਨੂੰ ਨਾ ਇੱਕ ਆਈਟਮ ਵੀ ਯਾਰ ਇੱਕ ਰਵਾਇਤ ਵੀ ਸੀ ਸੁੱਖ ਤੁਹਾਨੂੰ ਸਪਸ਼ਟ ਕਰਾਂ ਇਹਨਾਂ ਤੋਂ ਪਹਿਲਾਂ ਨਾ ਜਿਹੜਾ ਸਟੇਸ਼ਨ ਡਾਇਰੈਕਟਰ ਬਣਿਆ ਆਪਣਾ ਓਮ ਗੌਤੀ ਗੌਰੀਨਾਥ ਸ਼ਰਮਾ ਓਮ ਗੌਰੀਨਾਥ ਸ਼ਰਮਾ ਦੇ ਇੱਕ ਨਾਲ ਸਾਥੀ ਇਹਨਾਂ ਨੂੰ ਜਸਬੀਰ ਚੀਮਾ ਇਹਨਾਂ ਦੋਹਾਂ ਦੀ ਟੀਮ ਜਿਹੜੀ ਹੈ ਪਹਿਲਾਂ ਮਿਮਿਕਰੀ ਕਰਦੀ ਹੁੰਦੀ ਸੀ ਆਪਸ ਦੇ ਵਿੱਚ ਦਿਹਾਤੀ ਗਰੁੱਪ ਕਦੇ ਕਰਨ ਲੱਗ ਜਾਣਾ ਕਦੇ ਨਕਲਾਂ ਕਰਨ ਲੱਗ ਜਾਣਾ ਉਸ ਤੋਂ ਬਾਅਦ ਚ ਫਿਰ ਆ ਗਿਆ ਬਲਵਿੰਦਰ ਸ਼ਕੀਨਾ ਤੇ ਨਾਲ ਇੱਕ ਬੰਦਾ ਮੁੰਡਾ ਹੋਰ ਸੀ ਕੋਈ ਦੋ ਜਣੇ ਇਹ ਹੁੰਦੇ ਸੀ ਬਾਅਦ ਉਹ ਪਹਿਲਾਂ ਸੀ ਭਾਜੀ ਗੌਰੀ ਜੀ ਤੇ ਨਾਲ ਸੀ ਉਹ ਆਪਣੇ ਜਿਹੜੇ ਕੀ ਨਾਂ ਸੀ ਉਹਨਾਂ ਦਾ ਜਿਹੜੇ ਜਿਹਨਾਂ ਦੀ ਵਾਈਫ ਸੀ ਹੋਮ ਸਾਈਡ ਚ ਸ਼ਰਮਾ ਜੀ ਨੇ ਐਵੇਂ ਕਹਿਤਾ ਕਿ ਯਾਰ ਤੁਸੀਂ ਨਾ ਰਹੋ ਉਹ ਭੰਡਾ ਦੀ ਯਾਰ ਨਕਲ ਕਰੋ ਤੇ ਅਖਬਾਰ ਫੜੀ ਤੇ ਇਹਨਾਂ ਨੂੰ ਮਲ ਕੇ ਅੱਛਾ ਉਦੋਂ ਕਹਿੰਦੇ ਯਾਰ ਤੁਸੀਂ ਜਿੱਦਾਂ ਭੰਡ ਕਰਦੇ ਦੇਖੇ ਨੀ ਆਪਾਂ ਕਰੋ ਤੁਸੀਂ ਇਹ ਕਰਨ ਲੱਗ ਪਏ ਅੱਛਾ ਉਹ ਤੁਸੀਂ ਦੇਖੋ ਇੱਥੋਂ ਤੱਕ ਉਹ ਲਿਜਾਂਦੇ ਰਹੇ ਟੀਵੀ ਤੇ ਲੈ ਗਏ ਫਿਰ ਉਹ ਸਫ਼ਰ ਦੇ ਵਿੱਚ ਜਸਵਿੰਦਰ
ਫਿਰ ਇਹਨਾਂ ਨੂੰ ਗੌਰੀ ਨੇ ਜੋ ਟੈਲੈਂਟ ਨੂੰ ਜਾਣਦਾ ਸੀ ਸ਼ਰਮਾ ਜੀ ਨੇ ਰਿਕਮੈਂਡ ਕੀਤਾ ਤੇ ਉਹਨੇ ਉਦੋਂ ਦਿਹਾਤੀ ਕੋਲ ਜਾ ਰਹੇ ਹੁੰਦਾ ਸੀ ਓਮਕਾਰ ਸ਼ਰਮਾ ਉਹਨੇ ਇੱਕ ਪੂਰੇ ਦਾ ਪੂਰਾ ਇਹਨਾਂ ਨੂੰ ਲੜੀ ਦਿੱਤੀ ਮਹੀਨੇ ਦੇ ਵਿੱਚ ਇੱਕ ਪ੍ਰੋਗਰਾਮ ਤੁਸੀਂ ਕਰਨਾ ਫਿਰ ਉਹ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਚੋਂ ਮੈਨੂੰ ਯਾਦ ਹੈ ਇੱਕ ਇਹਨਾਂ ਨੇ ਕੀਤਾ ਪਲੇ ਰੋਡੂ ਦਾ ਵਿਆਹ ਅੱਛਾ ਉਹ ਮੈਨੂੰ ਵੀ ਯਾਦ ਹੈ ਵੀ ਉਹਦਾ ਇਹਨਾਂ ਨੂੰ ਮਤਲਬ ਉਸ ਪ੍ਰੋਗਰਾਮ ਦੇ ਵਿੱਚ ਬੜੀ ਲੰਬੀ ਚੌੜੀ ਕਾਸਟ ਸੀਗੀ ਔਰ ਉਹਦੇ ਵਿੱਚ ਆ ਕੁੜੀ ਜਿਹੜੀ ਫਿਲਮਾਂ 'ਚ ਬਣਾਉਂਦੀ ਦਿਵਯਾ ਦੱਤਾ ਇਹਨੇ ਵੀ ਰੋਲ ਕੀਤਾ ਇਹਨੇ ਰੋਲ ਕੀਤਾ ਈਵਨ ਮੇਰਾ ਬੇਟਾ ਪੁਨੀਤ ਉਦੋਂ ਮੇਰੇ ਖਿਆਲ 4.5 ਸਾਲ ਦਾ ਸੀ ਇਹਨੂੰ ਵੀ ਲੈ ਕੇ ਗਏ ਫਿਰ ਜਿਹੜੇ ਪੈਸੇ ਮਿਲੇ ਨਾ ਸੁਲਤਾਨ ਸਾਰਿਆਂ ਫਿਲਮ ਦਿਖਾਈ ਗਈ ਤੇ ਬਾਅਦ ਵਿੱਚ ਲੰਚ ਕਰਾਇਆ ਗਿਆ ਤੁਸੀਂ ਕਿਵੇਂ ਕਦੋਂ ਸ਼ੁਰੂ ਕੀਤਾ ਗਾਉਣਾ ਮੈਂ ਅਸਲ ਦੇ ਵਿੱਚ ਗਾਉਣ ਦਾ ਤੇ ਮੇਰੇ ਦਿਮਾਗ ਵਿੱਚ ਕਦੀ ਹੈ ਹੀ ਨਹੀਂ ਸੀ ਨਾ ਆਵਾਜ਼ ਸੀ ਤੇ ਮੈਂ ਡੀਨ ਕਾਲਜ ਪੜ੍ਹਦਾ ਸੀ ਜਲੰਧਰ ਉੱਥੇ ਸਾਇੰਸ ਦੇ ਸਟੂਡੈਂਟ ਨਾ ਨੇੜੇ ਆਉਂਦੇ ਨਾ ਕਿਸੇ ਨੇ ਅਸੀਂ ਇੱਥੇ ਆ ਗਏ ਜਦੋਂ ਇੱਥੇ ਆ ਕੇ ਨਾ ਤੇ ਮੈਨੂੰ ਵੈਸੇ ਜਿੱਦਾਂ ਗੁਲਾਮ ਅਲੀ ਸਾਹਿਬ ਨੂੰ ਸੁਣਨਾ ਪਾਕਿਸਤਾਨ ਸੁਣਦਾ ਬੜਾ ਮੈਨੂੰ ਸ਼ੌਕ ਕੰਮ ਦੇ ਨਾ ਉਹ ਵੀ ਸੁਣਦੇ ਸੀ ਰੇਡੀਓ ਹੋਣਾ ਛੋਟੇ ਜਿਹੇ ਮੈਂ ਉਸ ਤੋਂ ਤੇ ਮੈਂ ਖੇਡਦਾ ਸੀ ਮੈਨੂੰ ਖੇਡਦਾ ਸੀ ਤੇ ਸ਼ਾਮ ਨੂੰ ਅਸੀਂ ਉਸੀ ਕਿੱਟ ਦੇ ਵਿੱਚ ਸਟੂਡੈਂਟ ਸੈਂਟਰ ਦੇ ਵਿੱਚ ਇੱਕ ਸ਼ਾਮੀ ਗਲਤ ਪ੍ਰੋਗਰਾਮ ਹੋ ਗਿਆ ਅਤੇ ਅਸੀਂ ਵੀ ਉੱਥੇ ਜਾ ਕੇ ਪਿਛਲੇ ਪਾਸੇ ਜਾ ਕੇ ਬਹਿ ਗਏ ਮੇਰਾ ਤਾਂ ਲਾਸਟ ਆਈਟਮ ਹੋਣੀ ਇੱਕ ਦੋ ਹੈਗੀ ਨੇ ਅਤੇ ਉਹ ਕਹਿੰਦੇ ਜੀ ਤੁਸੀਂ ਉਹ ਕਹਿੰਦੇ ਸੁਖਨੈਣ ਦੇ ਸੁਖਨੈਣ ਦਾ ਵੀ ਨਾਂ ਲਿਖੋ ਜੀ ਪਿੱਛੇ ਲਿਖਾ ਤਾ ਨਾਂ ਮੈਂ ਉਹ ਸੋਚੀ ਗੱਲ ਨਹੀਂ ਹੁੰਦੀ ਉਹ ਮੈਂ ਹੈਗਾ ਯਾਰ ਮੈਂ ਉਹ ਸੁਣਾ ਵੀ ਦੇ ਸੁੱਖ ਦੇਖ ਲੈ ਲੈ ਹਾਂਜੀ ਬਹੁਤ ਸੁਣਾਉਂਦਾ ਉਹ ਜੀ ਫਿਰ ਮੈਨੂੰ ਉੱਥੇ ਮੈਂ ਗਾਤਾ ਮੇਰਾ ਲਾਸਟ ਹੀ ਆਈਟਮ ਸੀ ਅਤੇ ਚਲੋ ਜੀ ਅਸੀਂ ਗਾ ਕੇ ਫਿਰ ਪਿੱਛੇ ਬਹਿ ਜਾਂਦੇ ਅਤੇ ਉਹ ਮੈਨੂੰ ਉਹ ਸੀ ਉਹਨਾਂ ਦਾ ਆਪਣੇ ਗੁਲਾਮ ਅਲੀ ਸਾਹਿਬ ਦਾ ਮੇਰੀ ਸ਼ੌਕ ਪੈ ਗਈ ਉਹ ਜੀ ਮੈਨੂੰ ਪ੍ਰਾਈਜ਼ ਫਸਟ ਪ੍ਰਾਈਜ਼ ਉਹਦਾ ਜੀ ਮੈਨੂੰ ਦੇਤਾ ਮੈਂ ਸਾਰੇ ਨਾਲ ਹੁੰਦੇ ਯਾਰ ਦੋਸਤ ਚੁੱਕ ਲਿਆ ਦਾ ਵੀ ਐਨੀਵੇ ਫਿਰ ਜਦੋਂ ਯੂਥ ਫੈਸਟੀਵਲ ਹੋਇਆ ਅਤੇ ਉਹ ਕਾਲਜ ਨੂੰ ਕਹਿਣ ਵੀ ਕਾਲਜ ਨੂੰ ਕੌਣ ਗਾਏਗਾ ਉਹ ਕਹਿੰਦੇ ਯਾਰ ਸੁਖਨੈਣ ਫਸਟ ਆਏ ਨੂੰ ਲਿਆ ਉਹ ਬਸ ਉੱਥੋਂ ਸਫ਼ਰ ਸ਼ੁਰੂ ਹੋਇਆ ਫਿਰ ਗਜ਼ਲ ਜਿਹੜੀ ਫਿਰ ਸਿੱਖਣਾ ਸ਼ੁਰੂ ਕਰਤਾ ਹੀਰ ਦੇ ਚਲੇ ਹੀਰ ਹੀਰ ਵੀ ਹੀਰ ਬਣਾ ਹੀਰ ਬਣਾ ਦੇ ਹੀਰ ਅੱਖ ਦੀ ਜੋਗੀਆ ਤੂੰ ਝੂਠ ਬੋਲੇ ਓ ਤੇ ਕੌਣ ਰੁੱਠੜੇ ਯਾਰ ਮਨਾਵਦਾ ਵੇ ਭਲਾ ਦੱਸ ਖਾਂ ਚਿਰੀ ਵਿਛੁਨਿਆਂ ਨੂੰ ਹਾਂ ਤੇ ਕਦੋਂ ਰੱਬ ਸੱਚਾ ਕਰੀ ਲਿਆ ਇੱਕ ਇੱਕ ਆਪਣੀ ਮਨਪਸੰਦ ਹੈ ਇੱਕ ਕੋਈ ਆਪਣੀ ਮਨਪਸੰਦ ਗੀਤ ਹੋਰ ਲਵਾ ਦੇ ਇੱਕ ਨਾ ਮੈਂ ਅਸਲ 'ਚ ਮੈਂ ਜਿਹੜਾ ਜਿਹੜੀ ਸ਼ੁਰੂਆਤ ਉਹ ਗਜ਼ਲ ਨਾਲ ਸ਼ੁਰੂ ਕੀਤੀ ਉਹਨੂੰ ਗਜ਼ਲ ਮੈਂ ਕੀ ਕਰਨੀ ਉਹਨੂੰ ਬੋਆਈ ਕੀ ਗਜ਼ਲ ਉਹ ਬੜੀ ਪੁਰਾਣੀ ਗਜ਼ਲ ਹੈ ਔਰ ਮੈਂ ਜਦੋਂ ਮੈਨੂੰ ਕਿਹਾ ਗਿਆ ਤੁਸੀਂ ਗਜ਼ਲ ਕਰਨੀ ਹੈ ਅਤੇ ਮੈਂ ਗਜ਼ਲ ਕਰਿਆ ਨਹੀਂ ਗਏ ਮੈਂ ਡੀਨ ਇਹ ਵੀ ਬੜਾ ਇੱਕ ਮਤਲਬ ਮੇਰੇ ਵਾਸਤੇ ਮੈਂ ਆਲਵੇਜ਼ ਹੀ ਕੋਟ ਕਰਨਾ ਜ਼ਰੂਰ ਮੈਂ ਡੀਨ ਕੱਲ੍ਹ ਹੀ ਗਿਆ ਵਾਪਸ ਉੱਥੇ ਨਾਰਵੀ ਸਾਹਿਬ ਸੀ ਅੱਛਾ ਮੈਂ ਉਹਨਾਂ ਦੇ ਜਾ ਕੇ ਪੈਰੀ ਹੱਥ ਲਾਏ ਹਾਂ ਵੀ ਬੇਟਾ ਦੱਸੋ ਵੀ ਕੀ ਗੱਲ ਮੈਂ ਕਿਹਾ ਜੀ ਇੱਥੇ ਤਾਂ ਮੈਨੂੰ ਗਾਉਣ ਦਾ ਤੁਸੀਂ ਮੌਕਾ ਨਹੀਂ ਦਿੱਤਾ ਅੱਛਾ ਤੂੰ ਗਾਉਣਾ ਵੀ ਕਿਤੇ ਮੈਂ ਅਤੇ ਮੈਂ ਕਿਹਾ ਜੀ ਮੈਂ ਹੁਣ ਉੱਥੇ ਮੈਨੂੰ ਮੌਕਾ ਮਿਲਿਆ ਅਤੇ ਮੈਨੂੰ ਗਜ਼ਲ ਦਿਓ ਅੱਛਾ ਅੱਛਾ ਲਓ ਜੀ ਮੈਨੂੰ ਫੜ ਕੇ ਇੰਨੀ ਚਿਰ ਫੜ ਕੇ ਉੱਥੇ ਬਹਿ ਕੇ ਅਤੇ ਕਾਲੇ ਕਹਿੰਦੇ ਕਾਲੇ ਪੜ੍ਹ ਅੱਛਾ ਹਾਂ ਕਹਿੰਦੇ ਲਿਖੋ ਦੇਖ ਲੈਣਾ ਤੇਰੇ ਮਜ਼ਬੂਤ ਤਰੀਕਾ ਕਿਆ ਹੈ
जिथे गाएगा देख लेना तेरे मजनू का ले जा क्या है देख लेना तेरे मजनू का कलेजा क्या है खाक में मिल के भी कहता है बिगड़ा क्या है देख लेना तेरे मजनू का कलेजा क्या है ये सुराही सा बदन ले के मेरे पास नया ये सुराही सा बदन ले के मेरे पास नया मैं शराबी शराबी का भरोसा क्या है मैं शराबी शराबी का भरोसा क्या है देख लेना बाकी देख लेना देख लेना बाकी प्रीत तो बाद बड़ा जगह बड़ी पवित्र है। डॉक्टर सुखनैन तुसी लंबे समय तो संगीत साधना कितनी कीती है पर पिछले समय तो काफी चिर तो तुहाडी कोई रिकॉर्डिंग नहीं आई नवा की कर रहे हो चुप जा रहा है ਭਾਜੀ ਇਸ ਤਰ੍ਹਾਂ ਸੀ ਲੱਛੀ ਤੋਂ ਬਾਅਦ ਮੈਂ ਨਾ ਕਾਫੀ ਉਦੋਂ ਮਾਹੌਲ ਇੱਦਾਂ ਦਾ ਹੋ ਗਿਆ ਸੀ ਕਿ ਕੰਪਨੀਆਂ ਕਹਿੰਦੀਆਂ ਸੀ ਵੀ ਪੈਸੇ ਲਾਓ ਅਤੇ ਮਾਰਕੀਟ ਤੁਹਾਨੂੰ ਲੈਣੇ ਉਹ ਫਿਰ ਇੰਨੇ ਪੈਸੇ ਬਹੁਤ ਖਰਚੇ ਚੈਨਲਾਂ 'ਤੇ ਪ੍ਰਮੋਸ਼ਨ ਕਰਨੀ ਅਤੇ ਉਹ ਬੜਾ ਔਖਾ ਲੱਗਣ ਲੱਗ ਪਿਆ ਵੀ ਹੁਣ ਆਪਣੀ ਘਰ ਦੀ ਜ਼ਮੀਨ ਵੇਚ ਕੇ ਅਤੇ ਹੁਣ ਗਾਣਾ ਨਹੀਂ ਚੰਗਾ ਲੱਗਦਾ ਅਤੇ ਮੈਂ ਇੱਕ ਪ੍ਰੋਫੈਸ਼ਨਲ ਤੌਰ 'ਤੇ ਲੋਕ ਕਰਦੇ ਲੋਕ ਕਰਦੇ ਸੀ ਅਤੇ ਮੇਰੇ ਕੋਲ ਇੱਕ ਪ੍ਰੋਫੈਸ਼ਨ ਸੀ ਮੈਂ ਇੱਕ ਪ੍ਰੋਪਰ ਡਾਕਟਰ ਸੀ ਗੌਰਮੈਂਟ ਦੀ ਮੇਰੀ ਜੋਬ ਸੀ ਅਤੇ ਪਰਿਵਾਰ ਸੀ ਬੜਾ ਵਧੀਆ ਮੈਂ ਕਿਹਾ ਠੀਕ ਹੈ ਵੀ ਮਿਊਜ਼ਿਕ ਮੇਰੀ ਸਾਧਨਾ ਕਰਨੇ ਇੰਜੋਏ ਕਰਨੇ ਰੇਡੀਓ ਟੀ ਵੀ 'ਤੇ ਗਾਉਂਦਾ ਸੀ ਮੈਂ ਅਤੇ ਹੁਣ ਕਾਫੀ ਚਿਰਾਂ ਬਾਅਦ ਮੈਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬੰਦੇ ਨੂੰ ਅਨੁਭਵ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਪਤਾ ਲੱਗ ਜਾਂਦੀਆਂ ਨੇ ਕਿ ਯਾਰ ਹੁਣ ਗਾਣਾ ਇਸ ਤਰ੍ਹਾਂ ਗਾਣਾ ਚਾਹੀਦਾ ਨਫਸ ਨੂੰ ਕਿੱਦਾਂ ਕਹਿਣਾ ਚਾਹੀਦਾ ਉਹ ਹੁਣ ਪਤਾ ਲੱਗਾ ਆ ਕੇ ਆਪ 60 ਦੇ ਆ ਕੇ ਪਤਾ ਲੱਗਾ ਤਜਰਬੇ ਬੰਦਾ ਸਿੱਖਦਾ ਤਾਂ ਸਾਰੀ ਉਮਰ ਹੀ ਸਾਰੀ ਉਮਰ ਹੀ ਪਰ ਗਾਣਾ ਮੈਂ ਕਿਹਾ ਵੀ ਇਸ ਤਰ੍ਹਾਂ ਗਾਣਾ ਚਾਹੀਦਾ ਲਫ਼ਜ਼ ਨੂੰ ਐਵੇਂ ਕਹਿਣਾ ਚਾਹੀਦਾ ਇਹ ਸੁੱਤਾ ਇਸ਼ਕ ਕਿਵੇਂ ਜਾ ਗਿਆ ਭਾਜੀ ਇਹਦੇ 'ਚ ਕੋਈ ਦੇਖੋ ਕਈ ਵਾਰੀ ਮੈਂ ਅੱਗੇ ਵੀ ਇਹ ਗੱਲ ਕਹੀ ਹੈ ਕਿ ਗਾਣੇ ਵਿੱਚ ਕੋਈ ਸਟੇਜ ਨਹੀਂ ਕਿ ਇਸ ਦਿਨ ਬਾਅਦ ਤੁਹਾਨੂੰ ਪਤਾ ਲੱਗ ਜਾਏ ਇਹ ਆਪਣੇ ਆਪ ਕਰਦੇ ਕਰਦੇ ਪਤਾ ਲੱਗਦਾ ਕਈ ਵਾਰੀ ਉਸਤਾਦ ਲੋਕ ਦੱਸਦੇ ਹੁੰਦੇ ਸਨ ਤਾਂ ਵੀ ਪਤਾ ਲੱਗਦਾ ਐਨੀਵੇ ਉਹ ਫਿਰ ਹੁਣ ਮੈਂ ਲੁਧਿਆਣੇ ਸੀ ਉੱਥੇ ਟੋਰੋਂਟੋ ਗਿਆ ਉੱਥੇ ਰਾਈਟਰ ਮਿਲਿਆ ਹੁੰਦਾ ਪਰਮਪਾਲ ਸੰਧੂ ਬਹੁਤ ਅੱਛਾ ਅਤੇ ਉਹ ਇਸ ਨਾਲ ਜਿੰਤ ਧਾਲੀਵਾਲ ਮੇਰਾ ਦੋਸਤ ਉਹਦੇ ਘਰ ਬੈਠੇ ਸੀ ਇਹ ਨਾ ਦੇਖੋ ਇਹ ਇਨਸਾਈਕਲੋਪੀਡੀਆ
ਜਿਹਦਾ ਨਾਂ ਲਓ ਉਹ ਮਲਕੀਤ ਤੋਂ ਪਹਿਲਾਂ ਦਾ ਸਭ ਤੋਂ ਪਹਿਲਾਂ ਅਮਰਿੰਦਰ ਨੇ ਸ਼ਾਇਦ ਗਾਏ ਬੜੇ ਮਿੱਠੇ ਗੀਤ ਨੇ ਉਹਦੇ ਉਹ ਫਿਰ ਮੈਂ ਹਾਰਮੋਨੀਅਮ ਫੜਿਆ ਤੇ ਜਦੋਂ ਸ਼ੁਰੂ ਕੀਤਾ ਤੇ ਉਹ ਕਹਿੰਦਾ ਤੁਸੀਂ ਪਾਰਟੀ ਬੰਦ ਕਰੋ ਤੁਸੀਂ ਦੱਸੋ ਤੁਸੀਂ ਗਾਉਂਦੇ ਹੀ ਗਾਉਂਦੇ ਕੋਈ ਜਵਾਬ ਨਹੀਂ ਬਹੁਤ ਲੰਬਾ ਚੌੜਾ ਮੈਂ ਕਿਹਾ ਮੈਟਰ ਵੀ ਯਾਰ ਆਪਣੀ ਮਰਜ਼ੀ ਦਾ ਨਹੀਂ ਉਹ ਮੈਟਰ ਕਹਿੰਦਾ ਤੁਹਾਨੂੰ ਅਸੀਂ ਦਿੰਦੇ ਹਾਂ ਤੁਸੀਂ ਕਹਿੰਦਾ ਗਾਣਾ ਅੱਛਾ ਲਓ ਜੀ ਉਹਨਾਂ ਨੇ ਫਿਰ ਮੈਨੂੰ ਗਾਣਾ ਦਿੱਤਾ ਮੈਂ ਆ ਗਿਆ ਸੀ ਇੱਥੇ ਆ ਕੇ ਅਤੇ ਅਸੀਂ ਉਹ ਗਾਣਾ ਆਡੀਓ ਕਾਲ ਹੋ ਗਿਆ ਅਤੇ ਮੈਂ ਵਿੱਚੋਂ ਗੱਲ ਜਿੱਥੇ ਆ ਗਏ ਮੈਨੂੰ ਸੁੱਖ ਦੀ ਗੱਲ ਕਰਦੇ ਕਰਦੇ ਹਾਂ ਅਸੀਂ ਸੁਖਨੈਣ ਨਹੀਂ ਕਹਿੰਦੇ ਇਹਨੂੰ ਸਾਡਾ ਸੌਖੀ ਹੈ ਇੱਕ ਵਾਰ ਜਸੋਲ ਸਾਹਿਬ ਬਾਲ ਗੰਗਾਧਰ ਸ਼ਰਮਾ ਇੰਦਰਜੀਤ ਹਸਨਪੁਰੀ ਇਹ ਕਾਰ 'ਚ ਜਾ ਰਹੇ ਸੀ ਅਤੇ ਇਹਨੂੰ ਵੀ ਠੰਡ ਲੱਗੀ ਅਤੇ ਹਸਨਪੁਰੀ ਸਾਹਿਬ ਨੂੰ ਠੰਡ ਲੱਗੀ ਜਸੋਲ ਸਾਹਿਬ ਵਿਚਕਾਰ ਬੈਠੇ ਆ ਇਹ ਕਦੇ ਸ਼ੀਸ਼ਾ ਨੀਵਾ ਕਰਕੇ ਇੱਕ ਪਾਸੇ ਇਹ ਨੱਕ ਸਾਫ਼ ਕਰ ਰਹੇ ਦੂਜੇ ਪਾਸੇ ਹਸਨਪੁਰੀ ਕਰ ਰਿਹਾ ਜਸੋਲ ਸਾਹਿਬ ਕਹਿੰਦੇ ਓਏ ਬਾਲ ਮੁਕੰਦ ਓਏ ਬਾਲ ਮੁਕੰਦ ਓਏ ਸਮਝਾ ਓਏ ਸੁੱਖ ਨੂੰ ਸਮਝਾ ਓਏ ਸਮਝਾ ਓਏ ਸਮਝਾ ਲੋਕੀ ਇਹਨਾਂ ਦੇ ਗੂਗਲ ਦੇਖਦੇ ਨੇ ਇਹ ਕੋਈ ਵਧੀਆ ਗੀਤ ਗਾਏਗਾ ਹਸਨਪੁਰ ਦੇ ਮੂਹਰ ਦੇਖਦੇ ਨੇ ਲੋਕ ਹੋਰ ਗੱਲ ਲਿਖੇਗਾ ਇਹਦੇ ਵਿੱਚ ਕੰਮ ਦੇ ਨਿਕਲਦੇ ਯਾਰ ਤੇ ਉਹ ਭਾਜੀ ਫਿਰ ਹੁਣ ਮੈਂ ਬੜਾ ਅੱਛਾ ਟਰੈਕ ਬਣਿਆ ਤੇ ਉਹ ਅਸੀਂ ਉਹਦਾ ਵੀਡੀਓ ਬਣਾ ਰਹੇ ਹਾਂ ਅਸੀਂ 12 ਤਰੀਕ ਨੂੰ ਯੂਨੀਵਰਸਿਟੀ ਦੇ ਵਿੱਚ ਮੈਂ ਪਰਮਿਸ਼ਨ ਲਈ ਅੱਛਾ ਖੇਤੀਬਾੜੀ ਯੂਨੀਵਰਸਿਟੀ ਅਤੇ ਉਹ ਫਿਰ ਅਸੀਂ ਐਸੇ ਮਹੀਨੇ ਦੀ 20-25 ਤੋਂ ਪਹਿਲਾਂ ਤੱਕ ਲੀਕ ਹੋਏਗਾ ਪੁਰਾਣੀ ਐਸੋਸੀਏਸ਼ਨ ਸੀ ਮੈਂ ਉਹਨਾਂ ਨਾਲ ਕੰਮ ਕਰਨਾ ਚਾਹੁੰਦਾ ਬਹੁਤ ਮਿੱਠਾ ਔਰ ਵਧੀਆ ਤੇ ਉਹ ਤੁਸੀਂ ਕਾਫੀ ਇੰਜੋਏ ਕਰੋਗੇ ਸਾਰੇ ਗੱਲ ਇੱਕ ਯਾਦ ਆ ਰਹੀ ਸੀ ਸੁੱਖ ਕਿ ਜਿਹੜਾ ਸੰਗੀਤ ਹੈ ਨਾ ਇਹ ਕਿਸੇ ਵਕਤ ਇੰਨਾ ਸੰਗੀਤ ਦੇ ਨਾਲ ਮਿਕਸ ਹੋ ਗਿਆ ਸੀ ਮਿਸ਼ਰਤ ਹੋ ਗਿਆ ਸੀ ਅਤੇ ਇਹ ਉਦੋਂ ਇਕੱਲਾ ਸੀ ਅਜੇ ਵਿਆਹ ਨਹੀਂ ਸੀ ਇਹਦਾ ਹੋਇਆ ਹੁਣ ਤੱਕ ਉਹ ਬੱਚੇ ਵੀ ਵਿਆਹੇ ਗਏ ਬੱਚੇ ਦੂਸਰੇ ਪੋਤਰੇ ਹੋ ਗਏ ਅਤੇ ਇਹ ਜਸੋਲ ਸਾਹਿਬ ਘਰਦੇ ਰਹਿੰਦਾ ਹੁੰਦਾ ਸੀ ਅਤੇ ਜਸੋਲ ਸਾਹਿਬ ਦੀ ਵਾਈਫ ਜਸੋਲ ਸਾਹਿਬ ਨੇ ਅਕਸਰ ਕਹਿਣਾ ਸੁੱਖੋਂ ਤੋਂ ਪੁੱਤ ਵਿਆਹ ਕਰਾ ਲਿਆ ਸੁੱਖੋਂ ਤੋਂ ਪੁੱਤ ਵਿਆਹ ਕਰਾ ਲਿਆ ਉਹਨਾਂ ਕੋਲ ਇੱਕ ਨੌਕਰ ਹੁੰਦਾ ਸੀ ਮੁੰਡਾ ਪਹਿਲਾਂ ਕੁੱਖ ਸੀ ਬਾਅਦ ਚੋਂ ਡਰਾਈਵਰ ਵਗੈਰਾ ਜਿੰਦਰ ਕਹਿੰਦਾ ਜਸਦਾਰ ਜੀ ਇਹ ਸਾਹਿਬ ਸ਼ਾਦੀ ਨਹੀਂ ਬਣਾਏਗੇ ਇਹ ਸ਼ਾਦੀ ਨਹੀਂ ਬਣਾਏਗੇ ਜਬ ਕੋਈ ਲੜਕੀ ਵਾਲਾ ਦੇਖਣ ਆਏਗਾ ਤੋ ਇਹ ਹਾਰਮੋਨੀਅਮ ਪਰ ਵੋ ਤਰਜ਼ੇ ਬਣਾ ਰਹੇ ਹੋਗੇ ਤੋ ਉਹ ਬੋਲੇਗੇ ਕਿ ਹਮ ਤੋ ਆਪਣੀ ਲੜਕੀ ਕਾ ਰਿਸ਼ਤਾ ਲੈ ਕਰਕੇ ਆਏ ਹੈ ਤੋ ਫਿਰ ਮੇਰੇ ਕੋ ਹੀ ਬੋਲਣਾ ਪੜੇਗਾ ਨਾ ਸਾਹਿਬ ਵੀ ਬਾਜਾ ਵਜਾ ਰਹੇ ਸਾਹਿਬ ਵੀ ਸੱਚਮੁੱਚ ਵਿਆਹ ਦਾ ਕਾਰਡ ਲੈ ਕੇ ਆ ਗਿਆ ਨਾ ਤੇ ਮੈਂ ਕਿਹਾ ਵੀ ਸੁੱਖ ਹੁਣ ਤਾਂ ਸੱਚਮੁੱਚ ਵਾਜੇ ਵੱਜਣੇ ਨਹੀਂ ਜਾਂਦੇ ਭਾਜੀ ਬਹੁਤ ਇੰਜੋਏ ਕੀਤਾ ਅਸੀਂ ਉਸ ਸਮੇਂ ਦੀ ਗੱਲ ਕਰਦੇ ਹਾਂ ਅਸੀਂ ਉਲਦੀਆਂ ਗੱਲਾਂ ਬਾਅਦ ਕਹਿੰਦੇ ਉਸ ਸਮੇਂ ਦੀ ਜ਼ਿਆਦਾ ਕਰਦੇ ਹਾਂ ਕਿੰਨੇ ਸਾਲ ਤੋਂ ਮੋਹਨ ਸਿੰਘ ਮੇਰੇ ਦਾ ਸਾਡਾ ਮਤਲਬ ਗਾਇਕ ਤਾਂ ਬਹੁਤ ਲੋਕ ਸੀ ਇਹ ਹਿੱਸਾ ਰਹੇ ਆਰਗਨਾਈਜ਼ੇਸ਼ਨ ਪਰ ਕਮਾਲ ਦੀ ਗੱਲ ਹੈ ਕਿ ਜਿਹੜੀ ਆਨੰਦ ਵਿੱਚ ਜਸੋਲ ਸਾਹਿਬ ਨੇ ਇਲੈਕਸ਼ਨ ਲੜੀ ਸੀ ਨਾ ਭਾਰਤੀ ਪੰਡਿਤ ਉਸ ਤੋਂ ਬਾਅਦ ਸਾਰਾ ਖਜ਼ਾਨਾ ਮੰਤਰੀ ਇਹੀ ਸੀ ਮਤਲਬ ਵਰਚੁਅਲੀ ਜਸੋਲ ਸਾਹਿਬ ਦਾ ਤੀਸਰਾ ਪੁੱਤਰ ਕਹਿ ਸਕਦੇ ਹਾਂ ਕਿ ਜਿੱਦਾਂ ਮੋਹ ਪਿਆਰ ਇਹਨੇ ਲਿਆ ਉਹਨਾਂ ਕੋਲੋਂ ਇਹਦੇ ਰਾਹੀਂ ਫਿਰ ਬਾਲ ਮੁਕੰਦ ਸ਼ਰਮਾ ਜਸਵਿੰਦਰ ਭੱਲਾ ਦਾ ਆਉਣ ਗਿਆ ਉੱਥੇ ਹੋਇਆ ਅਤੇ ਅੱਜ ਤੀਕ ਵੀ ਮਤਲਬ ਉਹਨਾਂ ਨੂੰ ਯਾਦ ਕਰਦੇ ਹਾਂ ਅਸੀਂ ਸਾਰੇ ਲੋਕ ਸੋ ਮੈਂ ਤਾਂ ਬੜਾ ਭਾਗਿਸ਼ਾਲੀ ਹਾਂ ਕਿ ਮੇਰੇ ਸੰਪਰਕ ਇਹ ਮੁੰਡੇ ਉਦੋਂ ਆਏ ਜਦੋਂ ਮੈਂ ਅਜੇ ਆਪ ਇਹਨਾਂ ਵਰਗਾ ਸਨ ਪਰ ਇਹਨਾਂ ਦੀ ਮੁਹੱਬਤ ਸਦਕਾ ਮੈਂ ਆਪਣੇ ਆਪ ਨੂੰ ਅੱਜ ਵੀ ਓਨਾ ਹੀ ਸਮਰੱਥ ਸਮਝਦਾ ਸੋ ਇਹਨਾਂ ਨੂੰ ਮਿਲ ਕੇ ਮੈਨੂੰ ਇੰਝ ਲੱਗਦਾ ਕਿ ਮੈਂ ਅਜੇ ਉਹਨਾਂ ਵਕਤਾਂ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਪਣੇ ਕਮਰਾ ਨੰਬਰ 113 ਹੁੰਦਾ ਸੀ ਮੇਰਾ ਐਕਸਟੈਂਸ਼ਨ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਚਲੋ ਇੱਥੇ ਅਕਸਰ ਇਹਨਾਂ ਆ ਜਾਇਆ ਕਰਨਾ ਕਾਰੀਡੋਰ 'ਚ ਘੁੰਮਦੇ ਜਸਵਿੰਦਰ ਭੱਲੇ ਨੇ ਕਿਉਂਕਿ ਉਸੇ ਡਿਪਾਰਟਮੈਂਟ 'ਚ ਪੜ੍ਹਦਾ ਸੀ ਅਤੇ ਬਾਲ ਮੁਕੰਦ ਸ਼ਰਮਾ ਉੱਪਰ ਸੀ ਐਮ ਬੀ ਏ ਕਰਦਾ ਸੀ ਸੁੱਖ ਵੈਟਨਰੀ ਕਾਲਜ ਸੀਗਾ
ਸੋ ਉੱਥੇ ਅਸੀਂ ਇਹਨਾਂ ਕੋਲੋਂ ਟੇਬਲ ਵਜਵਾ ਵਜਵਾ ਗੀਤ ਸੁਣ ਲੈਣੇ ਉੱਥੇ ਸਕਿੱਟਾਂ ਸੁਣ ਲੈਣੀਆਂ ਸੋ ਅੱਜ ਮੇਰੇ ਵੱਡੇ ਭਾਗ ਨੇ ਕਿ ਇਹ ਸਮਝ ਲਓ ਕਿ 1983-84 ਤੋਂ ਲੈ ਕੇ ਆ 2023 ਆ ਗਿਆ ਕਿੰਨੇ ਸਾਲ ਹੋ ਗਏ 40 ਸਾਲ ਹੋ ਗਏ ਸੁੱਖ 40 ਬਣ ਗਏ ਨਾ 40 ਸਾਲ ਦੀ ਜਿਹੜੀ ਯਾਤਰਾ ਹੈ ਸਾਡੀ ਉਹ ਇੰਨੀ ਇੰਟੀਮੇਟ ਯਾਤਰਾ ਹੈ ਦਾ ਸਵਾਦ ਲੈਂਦੇ ਅਸੀਂ ਹੁਣ ਵੀ ਪਿਛਲੇ ਹਫਤੇ ਜਿਹੜਾ ਬੜਾ ਮਾਰਨ ਖੰਡਾ ਸਾਹ ਹੈ ਨਾ ਉਹ ਵੀ ਮਾਰਨਾ ਭੁੱਲ ਜਾਂਦਾ ਇੱਥੇ ਭਾਵੇਂ ਕੋਈ ਕੈਬਨਿਟ ਵਜ਼ੀਰ ਆ ਜਾਵੇ ਭਾਵੇਂ ਕੋਈ ਮੈਂਬਰ ਪਾਰਲੀਮੈਂਟ ਆ ਜਾਵੇ ਚਾਹੇ ਕੋਈ ਮੈਗਜ਼ੀਨ ਦਾ ਐਡੀਟਰ ਆ ਜਾਵੇ ਚਾਹੇ ਕੋਈ ਚੈਨਲ ਦਾ ਵੱਡਾ ਮਾਲਕ ਆ ਜਾਵੇ ਇੱਥੇ ਜਰਾਬਾਂ ਲਾ ਕੇ ਆਉਣਾ ਪੈਂਦਾ ਉਹ ਤੇ ਮਾਨ ਸਾਹਿਬ ਕਹਿੰਦੇ ਯਾਰ ਮੈਂ ਆਇਆ ਤੇ ਅਸੀਂ ਬੱਦਰ ਉੱਤੇ ਮਨ ਨਾਲ ਆਪਣੇ ਭਾਜੀ ਬਾਬੂ ਨੂੰ ਮਾਨ ਕਹਿੰਦੇ ਵਾਰਸ ਬਾਬੇ ਨੇ ਕਿਹਾ ਕਿ ਬੂਹੇ ਇਸ਼ਕ ਦਰਬਾਰ ਦੇ ਸਦਾ ਖੁੱਲੇ ਨਹੀਂ ਆਸ਼ਕਾਂ ਨੂੰ ਕੋਈ ਥੋੜ੍ਹੀ ਹੀ ਸੋ ਇਸ਼ਕ ਦਰਬਾਰ ਦੇ ਬੂਹੇ ਖੁੱਲੇ ਰਹਿਣ ਇਸ ਅਰਦਾਸ ਨੂੰ ਅਸੀਂ ਅੱਜ ਸੁੰਦਰ ਮੁਕਾਉਂਦੇ ਹਾਂ ਬਹੁਤ ਬਹੁਤ ਧੰਨਵਾਦ ਦੋਸਤੋ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ ਅੱਧੀ ਅੱਧੀ ਰਾਤੀ ਉੱਠ ਕੇ ਤਾਰਿਆਂ ਨੂੰ ਹਾਲ ਸੁਣਾਇਆ